ਆਲਟੋ ਨਿਊਜ਼ ਚੈਨਲ ਦੇ ਤੁਹਾਡਾ ਸਵਾਗਤ। ਇੱਕ ਮੰਦਭਾਗੀ ਖਬਰ ਆ ਰਹੀ ਹੈ। 24 ਸਾਲਾ ਪੰਜਾਬੀ ਨੌਜਵਾਨ ਜੋ ਕਿ ਗੁਜਰਾਤ ਦੀ ਇੱਕ ਨਿੱਜੀ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਤੇ ਭੇਦ ਭਰੇ ਹਾਲਾਤਾਂ ਦੇ ਵਿੱਚ ਲਾਪਤਾ ਹੋ ਗਿਆ ਸੀ। ਉਸਦੀ ਹੁਣ ਲਾਸ਼ ਮਿਲੀ ਹੈ ਤੇ ਮਾਪਿਆਂ ਨੇ ਸਰਕਾਰ ਤੋਂ ਮਦਦ ਮੰਗੀ ਹੈ। ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਨ ਵੀ ਦਬਾ ਲਓ। ਹਲਕਾ ਡੇਰਾ ਵਰਾਨਕ ਦੇ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਅੰਦਰ ਪੈਂਦੇ ਪਿੰਡ ਸ਼ਿਕਾਰ ਮਾਛੀਆਂ ਦਾ 24 ਸਾਲਾਂ ਦਾ ਨੌਜਵਾਨ ਜੋਬਨਪ੍ਰੀਤ ਸਿੰਘ ਜੋ ਕਿ ਪਿਛਲੇ 3 ਸਾਲਾਂ ਤੋਂ ਗੁਜਰਾਤ ਦੇ ਸੂਰਤ ਸ਼ਹਿਰ ਦੇ ਵਿੱਚ ਨਿੱਜੀ ਕੰਪਨੀ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ ਤੇ ਬੀਤੀ 19 ਜਨਵਰੀ ਤੋਂ ਭੇਦ ਭਰੇ ਹਾਲਾਤਾਂ ਦੇ ਵਿੱਚ ਲਾਪਤਾ ਸੀ। ਹੁਣ ਕਾਫੀ ਦਿਨ ਬੀਤ ਜਾਣ ਤੋਂ ਬਾਅਦ ਘਟਨਾ ਵਾਲੀ ਸਥਲ ਤੋਂ 60 ਕਿਲੋਮੀਟਰ ਦੂਰ ਉਸਦੀ ਅੱਧ ਗਲੀ ਸੜੀ ਲਾਸ਼ ਬਰਾਮਦ ਹੋਈ ਹੈ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਮ੍ਰਿਤਕ ਨੌਜਵਾਨ ਦੀ ਪਹਿਚਾਣ ਕੜਾ ਤੇ ਲੋਹੀ ਆਦਿ ਤੋਂ ਕੀਤੀ ਗਈ ਹੈ। ਗੁਜਰਾਤ ਪੁਲਿਸ ਨੇ ਇਸ ਮਾਮਲੇ ਦੇ ਵਿੱਚ 4 ਮੁਰਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਉਧਰ ਪਰਿਵਾਰਿਕ ਮੈਂਬਰ ਲਾਸ਼ ਨੂੰ ਪੰਜਾਬ ਨਾ ਲਿਆਉਣ ਯੋਗ ਵੇਖ ਉਸਦਾ ਸੰਸਕਾਰ ਸੂਰਤ ਦੇ ਵਿੱਚ ਹੀ ਕਰਨ ਤੇ ਬਹੁਤ ਦੁਖੀ ਨੇ। ਪੀੜਿਤ ਪਰਿਵਾਰ ਤੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਧਰ ਪਿੰਡ ਵਾਲਿਆਂ ਨੇ ਤੇ ਮਾਪਿਆਂ ਨੇ ਗੁਜਰਾਤ ਸਰਕਾਰ ਤੇ ਭਾਰਤ ਸਰਕਾਰ ਤੇ ਨਾਲ ਹੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਤੁਸੀਂ ਦੇਖ ਰਹੇ ਹੋ ਆਲ ਟੂ ਨਿਊਜ਼ ਲਈ ਕ੍ਰਿਸ਼ਨ ਗੋਪਾਲ, ਜਗਿੰਦਰ ਕੁਮਾਰ ਤੇ ਰਿੰਕਾ ਵਾਲੀਆ ਦੀ ਵਿਸ਼ੇਸ਼ ਰਿਪੋਰਟ। ਕਿ ਸਾਡਾ ਪੁੱਤਰ 3-4 ਸਾਲ ਤੋਂ ਉੱਧਰ ਕੰਮ ਕਰਦਾ ਸੀ, ਆ ਜਾਂਦਾ ਸੀ, ਚੱਲ ਜਾਂਦਾ ਸੀ। ਹੁਣ ਪਤਾ ਨਹੀਂ ਉਹਨਾਂ ਨੇ ਉੱਧਰ ਵਾਲਿਆਂ ਨੇ ਕੀ ਭਾਣਾ ਵਰਤਾਇਆ ਸਾਡੇ ਨਾਲ। ਸਾਡਾ ਪੁੱਤਰ ਤੇ ਕਮਾਉਣ ਗਿਆ ਸੀ ਤੇ ਮੁੜ ਕੇ ਪੁੱਤਰ ਵੀ ਨਹੀਂ ਆਇਆ। ਲਾਸ਼ ਵੀ ਉੱਥੋਂ ਇਹੋ ਜਿਹੀ ਮਿਲੀ ਹੈ ਕਿ ਅਸੀਂ ਇੱਥੇ ਲਿਆਉਣ ਵੇਖਣ ਲਿਆ ਕਿ ਨਹੀਂ ਆਉਂਦੀ ਹੱਡੀਆਂ ਦੀ ਮੁੱਠੀ। ਉੱਥੇ ਸੰਸਕਾਰ ਹੋਏਗਾ। ਮੰਗ ਸਰਕਾਰ ਕੋਲੋਂ ਇਹੋ ਹੀ ਕਰਨੇ ਆ। 2 ਪੁੱਤਰ ਸੀ ਉਹਦੇ, ਇੱਕ ਤੇ ਇੱਦਾਂ ਹੋ ਗਿਆ ਆਦਮੀ ਅੱਗੇ ਨਹੀਂ ਸਿਰ ਤੇ। ਸਾਹਿਬ ਮੇਰੀ ਦਰਾਣੀ, ਅਸੀਂ ਵੱਡੇ ਹਾਂ, ਸਾਡੀਆਂ ਵੀ 2 ਬੇਟੀਆਂ ਨੇ, ਅਸੀਂ ਤੇ ਇਹਨਾਂ ਦੇ ਆਸਰੇ ਨਾਲ ਸਾਨੂੰ ਵੀ ਅਸੀਂ ਦੇ ਵੀ ਹਨ ਤੇ ਹੁਣ ਉਹ ਵੀ ਵਿਚਾਰਾ ਇੱਦਾਂ ਹੋ ਗਿਆ ਤੇ ਅਸੀਂ ਕੀ, ਉਹਨੇ ਮਾਂ ਨੇ ਖਾਣਾ ਕੀ, ਆਦਮੀ ਉਹਦਾ ਸਿਰ ਤੇ ਨੇ। ਸਰਕਾਰ ਕੋਲੋਂ ਇਹੀ ਮੰਗ ਹੈ ਕਿ ਮਦਦ ਕੀਤੀ ਜਾਵੇ। ਹੁਣ ਪੁੱਤਰ ਦਾ ਤੇ ਹਾਂ ਮੂੰਹ ਵੀ ਨਹੀਂ ਵੇਖਿਆ, ਕਮਾਣ ਘਲਾਇਆ ਸੀ ਤੇ ਪੁੱਤਰ ਵੀ ਗਵਾ ਲਿਆ। ਸਰ, ਸਾਡਾ ਬੇਟਾ ਜੋਬਨਪ੍ਰੀਤ ਸਿੰਘ ਗੁਜਰਾਤ ਦੀ ਕੰਪਨੀ 'ਚ ਕੰਮ ਕਰਦਾ ਸੀ। 19 ਤਰੀਕ ਨੂੰ ਲਾਸਟ ਕਾਲ ਹੋਈ ਹੈ ਮਾਤਾ ਜੀ ਦੇ ਨਾਲ, ਔਰ ਉਸ ਤੋਂ ਬਾਅਦ ਸਾਡੇ ਨਾਲ ਕੋਈ ਸੰਪਰਕ ਨਹੀਂ ਹੋਇਆ। 1-2 ਦਿਨ ਬਾਅਦ ਅਸੀਂ ਫਿਰ ਆਸੇ ਪਾਸੇ ਪੁੱਛਿਆ, ਗਿੱਸਿਆ, ਥਾਣੇ ਵਿੱਚ ਕੀਤੀ ਗੱਲ, ਕਹਿੰਦੇ ਮਕੂਆ ਨਹੀਂ ਬਣਦਾ ਅਤੇ ਅਸੀਂ ਫਿਰ ਵਾਪਸ ਘਰ ਆ ਗਏ, ਚੈਨ ਨਹੀਂ ਆਉਂਦਾ। ਫਿਰ ਸਾਨੂੰ ਨਾ ਇੱਕ ਫਿਰੌਤੀ ਦੀ ਕਾਲ ਆਈ ਹੈ, 28 ਤਰੀਕ ਦੀ ਗੱਲ ਹੈ, 28 ਜਨਵਰੀ ਦੀ, ਔਰ ਉਸ ਸਮੇਂ ਅਸੀਂ ਇਹ ਫਿਰੌਤੀ ਦੀ ਕਾਲ ਇੱਕ ਘਰ ਆਈ ਹੈ, ਅਸੀਂ ਥਾਣੇ ਜਾ ਰਹੇ ਹਾਂ, ਥਾਣੇ 'ਚ ਕੋਟਲੀ ਸੂਰਤ ਮੱਲੀ 'ਚ, ਸਾਨੂੰ ਜਾਂਦਿਆਂ ਜਾਂਦਾ ਫਿਰ ਆ ਗਈ ਆ। ਅਸੀਂ ਜਾ ਕੇ ਥਾਣੇ ਵਾਲੇ ਆਪਣੇ ਮੁਲਾਜ਼ਮਾਂ ਨੂੰ ਕਿਹਾ ਵੀ ਆ ਵੇਖੋ ਸਾਨੂੰ ਫਿਰੌਤੀ ਦੀ ਕਾਲ ਆ ਰਹੀ ਹੈ, ਕੁਛ ਪੈਸੇ ਮੰਗਦੇ ਸਨ ਵੀ ਤੁਹਾਡਾ ਬੱਚਾ ਛੱਡ ਦਿਆਂਗੇ, ਤੁਸੀਂ ਸਾਨੂੰ ਪੈਸੇ ਦਿਓ। ਅਸੀਂ ਉਹਨਾਂ ਨੂੰ ਕੁਝ ਗੱਲਾਂ ਕੀਤੀਆਂ ਵੀ ਹੋ ਸਕਦਾ ਕਿਤੇ ਸਾਡੇ ਨਾਲ ਫੇਕ ਗੱਲਾਂ ਨਾ ਹੁੰਦੀਆਂ ਹੁਣ, ਕਿਉਂਕਿ ਅੱਜ ਕੱਲ੍ਹ ਮਾਹੌਲ ਉਹ ਵੀ ਚੱਲਦਾ ਪਿਆ ਸੀ। ਫਿਰ ਵੀ ਅਸੀਂ ਯਤਨ ਕੀਤਾ, ਅਸੀਂ SSP ਦੇ ਦਰਖਾਸਤ ਦਿੱਤੀ ਕਿ ਜਿਹੜੀ ਫਿਰੌਤੀ ਦੀ ਕਾਲ ਆ ਰਹੀ ਹੈ ਵਟਸਐਪ 'ਤੇ ਨੰਬਰ ਨੋਟ ਕੀਤਾ ਜਾਵੇ ਅਤੇ ਉਸ ਬੰਦੇ ਨੂੰ ਪਕੜਿਆ ਜਾਵੇ। ਖੈਰ 28 ਤਰੀਕ ਲੰਘੀ, ਉਹਨਾਂ ਔਨਲਾਈਨ ਕੀਤੀ ਗੱਲ ਪਰ ਕੋਈ ਉਹਦੀ ਜ਼ਿਆਦਾ ਸੁਣਵਾਈ ਨਹੀਂ ਹੋਈ ਉਸ ਫਿਰੌਤੀ ਕਾਲ ਦੇ ਉੱਤੇ। ਉਸ ਤੋਂ ਬਾਅਦ ਸਾਨੂੰ ਥੋੜ੍ਹਾ ਥੋੜ੍ਹਾ ਪਤਾ ਲੱਗਣ ਲੱਗ ਪਿਆ, ਸਾਡੇ ਇੱਥੋਂ ਉਸ ਬੱਚੇ ਦੇ ਭੈਣ ਅਤੇ ਭਣਵਈਆ ਸੂਰਤ ਜ਼ਿਲ੍ਹੇ 'ਚ ਗਏ ਨੇ ਗੁਜਰਾਤ 'ਚ, ਉੱਥੇ ਸਾਡੇ ਭਾਈਚਾਰਾ ਵੈ ਪੰਜਾਬੀ ਵੀਰ ਬੈਠੇ ਨੇ,
ਕੁਝ ਰਿਸ਼ਤੇਦਾਰ ਸਨ, ਉਹਨਾਂ ਨਾਲ ਜਾ ਕੇ ਗੱਲਬਾਤ ਕੀਤੀ, ਥਾਣੇ ਪਹੁੰਚੇ। ਪਹਿਲਾਂ ਤਾਂ ਪੈਰ ਨਹੀਂ ਸੀ ਲੱਗਣ ਦਿੰਦੇ, ਪਰ ਬੜੀ ਜੱਦੋਜਹਿਦ ਕਰਨੀ ਪਈ ਸਾਡੇ ਪੰਜਾਬੀਆਂ ਨੂੰ। ਉੱਥੇ ਭਰਾਵਾਂ ਨੇ ਬਹਿ ਕੇ ਫਿਰ ਥਾਣੇ 'ਚ ਗੱਲਾਂ ਬਾਤਾਂ ਕੀਤੀਆਂ, ਵੀ ਉਸ ਬੰਦੇ ਦੇ ਫੁਟੇਜ ਮਿਲੀਆਂ ਸਾਨੂੰ, ਉਹ 'ਚ ਮਾਰਦੇ ਕੁੱਟਦੇ ਪਏ ਨੇ, ਉਹਨਾਂ ਬੜਾ ਤਸੱਦਦ ਕਰਦੇ ਪਏ ਨੇ। ਔਰ ਉੱਥੋਂ ਸਾਨੂੰ ਸਾਡਾ ਮੀਡੀਆ ਥੰਮ ਜਿਹੜਾ, ਭਾਵੇਂ ਤੁਸੀਂ ਜਦੋਂ ਭਾਵੇਂ ਉੱਥੇ ਹੈ, ਅਗਰ ਮੀਡੀਆ ਨਾ ਹੋਵੇ ਤਾਂ ਬੰਦੇ ਦਾ ਕੌਡੀ ਜਿੰਨਾ ਮੁੱਲ ਨਹੀਂ। ਜੇ ਤੁਸੀਂ ਕਹਿ ਦਿਉ, ਉਹਨਾਂ ਕਹਿ ਦਿਉ ਮੀਡੀਆ ਨੇ ਸਾਡਾ ਸਾਥ ਦਿੱਤਾ, ਪਰ ਉਹਨਾਂ ਨੇ ਬੜਾ ਯਤਨ ਕੀਤਾ ਵੀ ਕਿਸੇ ਦਾ ਪਰਚਾ ਨਾ ਹੋਵੇ। DGP SSP ਤੱਕ ਉਹਨਾਂ ਨੇ ਫਰਮਾਇਸ਼ਾਂ ਪਾ ਕੇ ਬੜਾ ਪ੍ਰੈਸ਼ਰ ਪਾਇਆ ਵੀ ਪਰਚਾ ਨਹੀਂ ਕੱਟਣਾ, ਪਰ ਸਾਡੇ ਭਾਈਚਾਰੇ ਨੇ ਬੈਠ ਕੇ ਫਿਰ ਇੱਕ ਚੇਤਾਵਨੀ ਦਿੱਤੀ, ਅਗਰ ਤੁਸੀਂ ਨਹੀਂ ਕੱਟਦੇ ਪਰਚਾ, ਪੰਜਾਬ 'ਚੋਂ ਜਥੇਬੰਦੀਆਂ ਆਉਣਗੀਆਂ, ਕਿਸਾਨ ਵੀ ਆਉਣਗੇ, ਸਾਰੇ ਸਾਡੇ ਭਰਾ ਆਉਣਗੇ, ਔਰ ਇਨਸਾਫ ਲੈ ਕੇ ਮੁੜਾਂਗੇ। ਪਰ ਜੋ ਹਾਲਤ ਵੇਖੀ ਬੱਚੇ ਦੀ, ਉਹਦਾ ਵੇਖਿਆ ਨਹੀਂ ਜਾ ਸਕਦਾ। ਇਹ ਲਗਭਗ ਜਿਵੇਂ ਲੱਗਦਾ ਵੀ ਕਾਫ਼ੀ ਉਹਨਾਂ ਨੇ ਤਸੱਦਦ ਕਰਕੇ ਉਹਨੂੰ 50-60 ਕਿਲੋਮੀਟਰ ਦੂਰੀ 'ਤੇ ਸੁੱਟਿਆ ਗਿਆ। ਕੌਣ ਲੋਕ ਸੀ ਜਿਨ੍ਹਾਂ ਨੇ? ਸਰ ਇਹ ਹੁਣ ਕੀ ਕਹਿ ਸਕਦੇ ਹਾਂ, ਗੁਜਰਾਤ ਸਟੇਟ ਆ, ਉੱਥੇ ਬਿਹਾਰੀ ਵੀ ਨੇ। ਜਿਹੜੀ ਕਾਲ ਆਈ ਸੀ ਨਾ ਸਾਨੂੰ ਫਿਰੌਤੀ ਦੀ, ਉਹ ਦੀਪਕ ਨਾਮ ਦਾ ਬੰਦਾ ਸਾਨੂੰ ਕਾਲ ਕਰਦਾ ਸੀ ਅਤੇ ਉਹ ਬਿਹਾਰੀ ਆ। HDFC ਦਾ ਬੈਂਕ ਦਾ ਖਾਤਾ ਮੰਗਿਆ ਉਹਨੇ, ਉਹ ਸਾਨੂੰ ਬਿਹਾਰੀ ਲੱਗਿਆ। ਉੱਥੇ ਕੁਝ ਬਿਹਾਰੀ ਵੀ ਨੇ, ਗੁਜਰਾਤੀ ਵੀ ਨੇ, ਇਹਨਾਂ ਰਲ ਕੇ ਸਾਡੇ ਬੱਚੇ ਦੇ ਨਾਲ ਇਹ ਧੱਕਾ ਕੀਤਾ, ਜ਼ੁਲਮ ਕੀਤਾ। ਉਹਦੇ ਨਾਲ ਉਹ ਕੰਮ ਕਰਦੇ ਸੀ ਆਪਣੇ ਜੋ ਬੰਦੇ? ਹਾਂ, ਰੂਮਮੇਟ ਬੰਦੇ ਨੇ, ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ। ਉਹਨਾਂ ਬੰਦਿਆਂ ਨੇ ਰਲ ਕੇ ਸਾਡੇ, ਔਰ ਬੱਚਾ ਬੜਾ ਗੁਰਸਿੱਖ ਸੀਗਾ, ਔਰ ਤੁਹਾਨੂੰ ਪਤਾ ਕਿ ਪੰਜਾਬੀ ਹਮੇਸ਼ਾ ਦਿਆਵਾਨ ਨੇ, ਪਰ ਉਹਨਾਂ ਨੇ ਦਿਆ ਵਾਲੀ ਕੋਈ ਗੱਲ ਨਹੀਂ ਕੀਤੀ।